ਹੈਲੋ एवरीवन ਅੱਜ ਆਪਾਂ ਸਤਵਾਨਾ ਪੀਰੀਅਡ ਦੇ ਕਸਟਿਮਸ ਬਾਰੇ ਪੜਾਂਗੇ ਜਿਸ ਵਿੱਚ ਉਹਨਾਂ ਦੇ ਮੇਲ ਕਸਟਿਮਸ ਫੀਮੇਲ ਕਸਟਿਮਸ ਅਤੇ ਹੈਡ ਡਰੈਸ ਹੈਅ ਸਟਾਈਲਸ ਜੁਐਲਰੀ ਅਤੇ ਕਿਸ ਤਰ੍ਹਾਂ ਦਾ ਫੈਬਰਿਕ ਵਰਤਦੇ ਸਨ ਉਸ ਬਾਰੇ ਪੜਾਂਗੇ ਸਤਵਾਨਾ ਪੀਰੀਅਡ ਮਾਰੀਆ ਕਾਲ ਤੋਂ ਬਾਅਦ ਅਗਲਾ ਮਹਾਨ ਸਮਰਾਜ ਸਤਵਾਨਾ ਪੀੜ ਦੇ ਦੌਰਾਨ ਡਿਕਨ ਵਿੱਚ ਸਥਾਪਿਤ ਹੋਇਆ ਇਸ ਕਾਲ ਦੌਰਾਨ ਕਲਾ ਦਾ ਬਹੁਤ ਵਿਕਾਸ ਹੋਇਆ ਇਸ ਕਾਲ ਦੌਰਾਨ ਕਾਟਨ ਦੀ ਬਹੁਤ ਮੰਗ ਸੀ ਅਮੀਰ ਲੋਕ ਰੇਸ਼ਮ ਦੇ ਬਣੇ ਕੱਪੜੇ ਪਾਉਂਦੇ ਸੀ ਜੁਲਾਹੇ ਤੇ ਮਜ਼ਦੂਰ ਹੈਂਪ ਤੋਂ ਬਣਿਆ ਸਸਤਾ ਕੱਪੜਾ ਪਾਉਂਦੇ ਸਨ ਦੱਖਣੀ ਇਲਾਕੇ ਵਿੱਚ ਉਹਨਾਂ ਦੀ ਕੋਈ ਵਿਸ਼ੇਸ਼ ਮੰਗ ਨਹੀਂ ਸੀ ਕਿਉਂਕਿ ਉੱਥੇ ਗਰਮ ਮੌਸਮ ਸੀ ਸਿਰਫ ਸਰਦੀਆਂ ਵੇਲੇ ਚਾਦਰ ਤੇ ਬਲੈਂਕਟ ਦੇ ਰੂਪ ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਪ੍ਰਿੰਟਡ ਤੇ ਬੁਣਾਈ ਵਾਲੇ ਕੱਪੜੇ ਅਧਿਕ ਮਾਤਰਾ ਵਿੱਚ ਸਨ ਅਮੀਰਾਂ ਲਈ ਸੋਨੇ ਦੀ ਕਢਾਈ ਆਮ ਸੀ ਅਤੇ ਡਾਈ ਵੀ ਉਪਲਬਧ ਸੀ ਸਤਹਾਨਾ ਪੀਰੀਅਡ ਦੇ ਦੌਰਾਨ ਲੋਟਸ ਦੇ ਮੋਟਿਫ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਸੀ ਅਤੇ ਹਾਥੀ ਦਾ ਮੋਟਿਫ ਵੀ ਫੇਮਸ ਸੀ ਉਤਰੀਆ ਸਿਲਕ ਦਾ ਹੁੰਦਾ ਸੀ ਜਿਸ ਵਿੱਚ ਆਲ ਓਵਰ ਏਮਬੋਇਡਰੀ ਅਤੇ ਫੁੱਲਾਂ ਪੰਛੀਆਂ ਦੇ ਪੈਟਰਨ ਹੁੰਦੇ ਸਨ ਆਦਮੀ ਚਟਾਕ ਫੀਦ ਰੰਗ ਦੇ ਉਤਰੀਆ ਪਾਉਂਦੇ ਸਨ ਹੁਣ ਆਪਾਂ ਗੱਲ ਕਰਦੇ ਹਾਂ ਮੇਲ ਕਸਟਿਮਜ਼ ਬਾਰੇ ਅਟੈਂਡੈਂਟ ਅਤੇ ਸ਼ਿਕਾਰੀ ਇੱਕ ਟਿਊਨਿਕ ਪਾਉਂਦੇ ਸਨ ਮਿਡ ਹਾਈ ਲੈਵਲ ਤੱਕ ਟਿਊਨਿਕ ਨੂੰ ਕੰਚਕਾ ਬੋਲਿਆ ਜਾਂਦਾ ਸੀ ਇਸ ਦੀ ਵਾਂ ਛੋਟੀ ਜਾਂ ਵੱਡੀ ਹੁੰਦੀ ਸੀ ਕੁਝ ਟਿਊਨਿਕ ਅੱਗਿਓਂ ਓਪਨਿੰਗ ਹੁੰਦੀ ਸੀ ਤੇ ਕੁਝ ਦੀ ਸਾਈਡ ਓਪਨਿੰਗ ਜੋ ਰਾਜਾ ਪਾਉਂਦਾ ਸੀ ਉਸ ਦੀ ਅੱਗਿਓਂ ਓਪਨਿੰਗ ਨਹੀਂ ਹੁੰਦੀ ਸੀ ਬੀ ਸ਼ੇਪ ਨੈਕਲਾਈਨ ਵੀ ਹੁੰਦੀ ਸੀ ਟਿਊਨਿਕ ਨੂੰ ਕਾਇਆਬੰਦ ਨਾਲ ਬੰਨਿਆ ਜਾਂਦਾ ਸੀ ਸ਼ਿਕਾਰੀ ਇਸ ਟਿਊਨਿਕ ਨਾਲ ਤਣੀਆਂ ਵਾਲੇ ਸੈਂਡਲ ਪਾਉਂਦੇ ਸਨ ਫੀਮੇਲ ਕਸਟਿਊਮਸ ਦੂਜੇ ਦੇਸ਼ਾਂ ਨੂੰ ਦੇਖ ਕੇ ਫੀਮੇਲਸ ਦੇ ਕੱਪੜੇ ਵੀ ਬਦਲ ਗਏ ਇਸ ਕਾਲ ਦੌਰਾਨ ਔਰਤਾਂ ਛੋਟੇ ਅੰਟਾਰੀਆਂ ਨਾਲ ਲੰਮੀ ਤੇ ਵੱਡੇ-ਵੱਡੇ ਬਾਡਰਾਂ ਵਾਲੀ ਉਤਰੀਆ ਲੈਂਦੀਆਂ ਸਨ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਹੈਡ ਡਰੈਸ ਐਂਡ ਹੈਅਰ ਸਟਾਈਲਸ ਦੇ ਬਾਰੇ ਅਟੈਂਡੈਂਸ ਦੇ हेयरस्टाइल ਦੂਸਰੇ ਦੇਸ਼ ਦੇ ਲੋਕਾਂ ਤੋਂ ਇਨਸਪਾਇਰ ਸਨ। ਉਹਨਾਂ ਦੇ ਵਾਲ ਮੋਢਿਆਂ ਤੱਕ ਲੰਬੇ ਹੁੰਦੇ ਸਨ ਅਤੇ ਮੱਥੇ ਦੇ ਵਿੱਚ ਇੱਕ ਗੰਡ ਬਣਾਈ ਜਾਂਦੀ ਸੀ। ਸਿਰ ਤੇ ਪਗੜੀ ਜਾਂ ਤਾਜ ਪਾਇਆ ਜਾਂਦਾ ਸੀ। ਜੰਗਲ ਦੀਆਂ ਔਰਤਾਂ ਆਪਣੇ ਸਿਰ ਤੇ ਮੂਰਖੰਭ ਦੇ ਨਾਲ ਬਣੇ ਹੋਏ ਬੈਂਡ ਪਾਉਂਦੀਆਂ ਸਨ। ਪਿੰਡ ਵਿੱਚ ਰਹਿਣ ਵਾਲੀਆਂ ਔਰਤਾਂ ਆਪਣੇ ਵਾਲਾਂ ਤੇ ਸਾਦਾ ਜੂڑا ਕਰਦੀਆਂ ਸਨ ਉਸ ਨੂੰ ਉਤਰੀਆਂ ਨਾਲ ਟਕਦੀਆਂ ਸਨ। ਅਮੀਰ ਔਰਤਾਂ ਆਪਣੇ ਸਿਰ ਉੱਪਰ ਸਾਈਡ ਤੇ ਵਾਲਾਂ ਦਾ ਜੂੜਾ ਬਣਾਉਂਦੀਆਂ ਸਨ ਤੇ ਫੁੱਲਾਂ ਨਾਲ ਸਜਾਉਂਦੀਆਂ ਸਨ ਉਸ ਦੇ ਉੱਪਰ ਫਿਲਟ ਲਗਾਇਆ ਜਾਂਦਾ ਸੀ ਇਹ ਫਿਲਟ ਸਾਦੇ ਜਾਂ ਸੋਨੇ ਦੇ ਕੱਡੇ ਹੁੰਦੇ ਸਨ ਆਦਮੀਆਂ ਦੇ ਲੰਬੇ ਵਾਲਾਂ ਨੂੰ ਪਗੜੀ ਨਾਲ ਟਕਿਆ ਜਾਂਦਾ ਸੀ ਜਵੈਲਰੀ ਸਾਰੇ ਆਮ ਆਦਮੀ ਘੈਣੇ ਪਾਉਂਦੇ ਸਨ ਪਰ ਸ਼ਿਕਾਰੀ ਅਤੇ ਸਿਪਾਹੀ ਘੈਣੇ ਨਹੀਂ ਪਾਉਂਦੇ ਸਨ ਮੇਲ ਜਵੈਲਰੀ ਵਿੱਚ ਆ ਜਾਂਦੇ ਨੇ ਜਿਵੇਂ ਲੰਬਣੀ, ਇਅਰਿੰਗਸ, ਕੰਗਣ ਤੇ ਬਾਜੂਬੰਦ ਇਸ ਤੋਂ ਬਾਅਦ ਆਪਾਂ ਫੀਮੇਲਜ਼ ਵੈਲਰੀ ਬਾਰੇ ਗੱਲ ਕਰਦੇ ਹਾਂ ਔਰਤਾਂ ਅਟੈਂਡੈਂਸ ਆਪਣੀ ਕਮਰ 'ਤੇ ਮੀਖਲਾ ਬੰਨ੍ਹਦੀਆਂ ਸਨ ਹੈਡ ਔਰਨਮੈਂਟਸ ਮੱਥੇ 'ਤੇ ਟਿੱਕਾ ਪਾਇਆ ਜਾਂਦਾ ਸੀ ਆਰਮ ਔਰਨਮੈਂਟਸ ਬਾਹਾਂ ਵਿੱਚ ਹਾਥੀ ਦੇ ਦੰਦ ਦੀਆਂ ਚੂੜੀਆਂ ਪਾਈਆਂ ਜਾਂਦੀਆਂ ਸਨ ਸੋ ਅਸੀਂ ਆਖ ਸਕਦੇ ਹਾਂ ਕਿ ਇਸ ਯੁੱਗ ਵਿੱਚ ਲੋਕ ਕੱਪੜੇ ਪ੍ਰਤੀ ਕਾਫੀ ਜਾਗਸਨ ਇਸ ਪੀਰੀਅਡ ਵਿੱਚ ਲੋਕ ਡਾਈ ਬੁਣਾਈ ਅਤੇ ਪ੍ਰਿੰਟਿੰਗ ਬਾਰੇ ਵੀ ਜਾਣਦੇ ਸਨ ਮੂਰਤੀਆਂ ਵਿੱਚ ਸਟਿਚ ਕੀਤੇ ਕੱਪੜੇ ਵੀ ਦੇਖੇ ਜਾ ਸਕਦੇ ਹਨ ਇਸ ਤਰ੍ਹਾਂ ਕੱਪੜੇ ਦਾ ਵਪਾਰ ਵੀ ਕਾਫੀ ਪਰਫੁੱਲਿਤ ਸੀ